ਮੁਕਸਰ ਦੇ ਬੁੱਟਰਸ਼ਰੀ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ ਤੇ 1 ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਦੇਰ ਰਾਤ 4 ਨੌਜਵਾਨ ਇੱਕ ਮੋਟਰਸਾਈਕਲ ਤੇ ਆਪਣੇ ਕੰਮ ਤੋਂ ਘਰ ਵਾਪਸ ਜਾ ਰਹੇ ਸੀ ਕਿ ਅਚਾਨਕ ਤੇਜ਼ ਗੱਡੀ ਦੀ ਚਪੇਟ 'ਚ ਆ ਜਾਣ ਕਾਰਨ ਇਹ ਹਾਦਸਾ ਵਾਪਰਿਆ, ਜਿਸ 'ਚ 3 ਨੌਜਵਾਨਾਂ ਦੀ ਮੌਤ ਹੋ ਗਈ ਤੇ 1 ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਿੰਡ ਨੂੰ ਆ ਰਹੇ ਸੀ ਜੀ, ਅੱਧੇ 'ਚ ਸਾਡਾ ਪੈਟਰੋਲ ਮੁੱਕ ਗਿਆ ਮੋਟਰਸਾਈਕਲ 'ਚੋਂ, ਤੇ ਮੁੜ ਕੇ ਰੋੜ ਕੇ ਲਿਆਉਣ ਲੱਗ ਗਏ ਉਹਨੇ ਮੋਟਰਸਾਈਕਲ ਜੀ। ਬੱਬੂ ਨੇ ਮੈਨੂੰ ਫੜਿਆ ਤਾਂ ਮੈਂ ਰੋੜ ਕੇ ਲਈ ਆਉਂਦਾ ਸੀ। ਮੈਂ ਸੜਕ ਦੇ ਇੱਧਰਲੇ ਕੱਚੇ ਪਾਸੇ ਸੀਗੇ, ਵਿਚਾਲੇ ਜੇ ਤੁਰੇ ਆਉਂਦੇ ਸੀਗੇ, ਆਹਮਣੋ ਸਾਹਮਣੇ ਹਾਂ ਚਲੇ ਆਉਂਦੇ ਸੀ, ਅਤੇ ਬਾਅਦ 'ਚ ਸਾਨੂੰ ਕੋਈ ਪਤਾ ਨਹੀਂ ਲੱਗਿਆ ਕਦੋਂ ਸਾਡੇ 'ਚ ਗੱਡੀ ਵੱਜੀ, ਕਦੋਂ ਅਸੀਂ ਡਿੱਗ ਪਏ, ਕੋਈ ਪਤਾ ਨਹੀਂ ਲੱਗਿਆ। ਫਿਲਹਾਲ ਪੁਲਿਸ ਦੇ ਵੱਲੋਂ ਲਾਸ਼ਾਂ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਐਫਆਰ ਹੋ ਗਈ ਜੀ, ਨਹੀਂ ਬੰਦੇ ਅਨਨੋਨ ਆ, ਅਸੀਂ ਟ੍ਰੇਸ ਜਲਦੀ ਕਰ ਲਾਂਗੇ, ਅਸੀਂ ਜਲਦੀ ਟ੍ਰੇਸ। ਕਿੰਨੇ ਇਹਦੇ 'ਚ ਜੀ ਡੈਥ ਹੈ ਅਤੇ ਕਿੰਨਾ ਇੰਜਰਡ ਹੈ? ਇਹ 3 ਨੌਜਵਾਨ ਬੱਚੇ ਸੀਗੇ, ਉਹਨਾਂ ਡੈਥ ਹੋ ਗਈ ਐਜ ਸਪੋਟ, ਅਤੇ 1 ਮੁੰਡਾ ਇੰਜਰਡ ਹੈ ਫੱਟੜ ਹੈ। ਉਹ ਸ੍ਰੀ ਮੁਕਤਸਰ ਸਾਹਿਬ। ਮੁਕਤਸਰ ਤੋਂ ਗੁਰਿੰਦਰ ਸਿੰਘ ਸੇਖੋਂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ।